ਰਹੀਮ ਅਸਲਾਮ ਅਲੈਕੁਮ ਤਮਾਮ ਭੈਣਾਂ ਵੀਰਾਂ ਨੂੰ ਕੀ ਹਾਲ ਚਾਲ, ਉਮੀਦ ਕਰਨੀ ਤੁਸੀਂ ਠੀਕ ਠਾਕ ਹੋ, ਅਲਹਮਦੁਲਿਲਾ ਅਸੀਂ ਠੀਕ ਠਾਕ ਹਾਂ। ਸਾਡੀਆਂ ਦੁਆਵਾਂ ਹਮੇਸ਼ਾ ਭੈਣ ਭਾਈਆਂ ਦੇ ਨਾਲ ਨੇ, ਜਿੱਥੇ ਵੀਰੋ ਖੁਸ਼ ਅਤੇ ਆਬਾਦ ਰਹੋ, ਹੱਸਦੇ ਮੁਸਕਰਾਉਂਦੇ ਰਹੋ। ਜੋ ਕੋਈ ਭੈਣ ਵੀਰਾ ਬਿਮਾਰ ਹੈ, ਅੱਲਾਹ ਪਾਕ ਨੂੰ ਸਿਹਤ ਤੰਗ, ਤੁਸੀਂ ਤੁਹਾਡੇ ਕਾਰੋਬਾਰ 'ਚ ਬਰਕਤ ਰਹਿਮਤ ਆ ਫਰਮਾਵੇ। ਜੋ ਕੋਈ ਬੇਉਲਾਦ ਹੈ, ਅੱਲਾਹ ਪਾਕ ਨੂੰ ਲੱਤ ਆ ਫਰਮਾਵੇ। ਔਰ ਜੋ ਕੋਈ ਭੈਣ ਵੀਰਾ ਪਰੇਸ਼ਾਨ, ਅੱਲਾਹ ਪਾਕ ਨੂੰ ਪਰਸਨ ਲੁੱਟ ਆ ਫਰਮਾਵੇ। ਜੋ ਕੋਈ ਬੋਲਦਾ ਕਿ ਅੱਲਾਹ ਪਾਕ ਨੂੰ ਕੁਛ ਬਰਕਤ ਆ ਫਰਮਾਵੇ। ਅੱਜ ਦਾ ਮੁਲਾਕਾਤ ਨੂੰ ਸ਼ੁਰੂ, ਅੱਲਾਹ ਪਾਕ ਦਾ ਨਾਮ ਲੈ ਕੇ ਸਭ ਮੇਰੇ ਭੈਣਾਂ ਵੀਰਾਵਾਂ ਨੂੰ ਅੱਜ ਜੁਮਾ ਬਹੁਤ ਬਹੁਤ ਜ਼ਿਆਦਾ ਮੁਬਾਰਕ ਹੋਵੇ। ਜੁਮਾ ਮੁਬਾਰਕ ਜ਼ਿਆਦਾ ਨੇਕ ਹੋਵੇ ਅੱਲਾਹ ਪਾਕ ਦਾ। ਅੱਲਾਹ ਪਾਕ ਸਭ ਦੀਆਂ ਨੇਕ ਦੇ ਨਾਲ ਪਰੇਸ਼ਾਨੀਆਂ ਸੱਖੀ ਮੁਸੀਬਤਾਂ ਦੂਰ ਕਰੇ। ਅੱਲਾਹ ਪਾਕ ਤੁਹਾਡੇ ਸੱਚੀ ਮੇਰੀਆਂ ਵੀ ਸੱਖੀ ਮੁਸੀਬਤਾਂ ਦੂਰ ਕਰੇ। ਅੱਲਾਹ ਪਾਕ ਮੈਨੂੰ ਸਿਹਤ ਤੰਦਰੁਸਤ ਦੇਵੇ, ਮੇਰਾ ਸੋਹਣਾ ਮਾਲਕ ਕਰਮ ਕਰੇ, ਸਭ 'ਤੇ ਕਰਮ ਕਰੇ ਅੱਲਾਹ ਸੋਹਣਾ। ਅਤੇ ਮਾਸ਼ਾਅੱਲਾ ਸਮੈਨ ਜਿਹੜਾ ਹੈਗਾ ਨਾ ਉਹ ਸਬਜ਼ੀ ਦੇਖ ਰਿਹਾ, ਕਿਉਂਕਿ ਅਸੀਂ ਰਾਤ ਨੂੰ ਉਹਨਾਂ ਨੂੰ ਪਾਣੀ ਲਾਇਆ ਸੀ ਅਤੇ ਦਹੀਆਂ ਜਿਹੜਾ ਹੈਗਾ ਨਾ ਮਾਸ਼ਾਅੱਲਾ ਬਹੁਤ ਹੀ ਪਿਆਰਾ ਜਿਹੜਾ ਹੈਗਾ ਨਾ ਨਿਕਲ ਆਇਆ, ਅਤੇ ਬਹੁਤ ਜ਼ਿਆਦਾ ਆ ਗਿਆ ਧਨੀਆ ਜਿਹੜਾ ਹੈਗਾ ਨਾ, ਸਾਰਾ ਧਨੀਆ ਨਜ਼ਰ ਆ ਰਿਹਾ। ਇਸ ਸਾਈਡ 'ਤੇ ਪਾਲਕ ਹੈਗੀ, ਇਸ ਸਾਈਡ 'ਤੇ ਧਨੀਆ ਹੈਗਾ। ਇੱਥੇ ਨਾ ਮਾਸ਼ਾਅੱਲਾ, ਕਿਉਂਕਿ ਨਾ ਜਿਸ ਟਾਈਮ ਇਹ ਵੱਡਾ ਹੋ ਗਿਆ ਨਾ ਬਹੁਤ ਹੀ ਪਿਆਰਾ ਲੱਗਾ ਕਰੇਗਾ। ਅਤੇ ਉਹ ਵਾਲੀ ਸਨੈਣ ਦੀ ਕਣਕ ਹੈਗੀ, ਅਤੇ ਇਹ ਵਾਲੀ ਸਾਡੀ ਪਾਲਕ ਹੈਗੀ, ਛੋਟੀ ਛੋਟੀ ਨਜ਼ਰ ਆ ਰਹੀ। ਜਿਹਦੇ ਨਾਲ ਮੈਂ ਨਾਸ਼ਤਾ ਜਿਹੜਾ ਹੈਗਾ ਨਾ ਬੱਚਿਆਂ ਦਾ ਬਣਾਉਂਦੀ ਪਈ ਹਾਂ। ਹਾਂਜੀ, ਤੇਰੇ ਬਿਸਮਿਲ੍ਲਾਹਿ ਰਹਿਮਾਨਿਰਹੀਮ, ਅਸਲਾਮੁ ਅਲੈਕੁਮ ਵਾ ਬਰਕਾਤੁਹ। ਅੰਦਰ ਮਸਪਾਰਾ ਪੜ ਕੇ ਆ ਗਿਆ ਕਿ ਪਹਿਲਾਂ ਨੂੰ ਆਏ, ਪਹਿਲਾਂ ਵਿਰਾਵਣ ਲਾਏ ਕਿ ਸਕੂਲ ਉਹਨੇ ਪੜਿਆ ਗਿਆ ਸਪਹਿਰਾ। ਅਤੇ ਨਾ ਰਾਤ ਨੂੰ ਅਸੀਂ ਚਾਵਲ ਬਣਾਏ ਹਨ, ਅਤੇ ਪਹਿਲੇ ਨਾ ਬੱਚਿਆਂ ਨੂੰ ਗਰਮ ਕਰਕੇ ਦਿੱਤੇ ਨੇ, ਉਹ ਇਹਨਾਂ ਨੇ ਖਾ ਲੈਣੇ ਚਾਵਲ। ਅਤੇ ਹੁਣ ਨਾਸ਼ਤਾ ਜਿਹੜਾ ਕਹਿੰਦਾ ਰੋਟੀ ਮੈਂ ਆਪਣੇ ਵਾਸਤੇ ਬਣਾ ਲਈ, ਇਹ ਕਹਿੰਦੇ ਪਏ ਨੇ ਵੀ ਅਸੀਂ ਰੋਟੀ ਨਹੀਂ ਖਾਣੀ, ਅਤੇ ਛੋਟਾ ਸਨੈਣ ਜਿਹੜਾ ਹੈਗਾ ਨਾ ਉਹਨੇ ਚਾਵਲ ਨਹੀਂ ਖਾਧੇ, ਅਤੇ ਉਹਦੇ ਵਾਸਤੇ ਬਣਾ ਲੈਂਦੀ ਹਾਂ। ਅਤੇ ਬਾਕੀ ਮੈਂ ਆਟਾ ਰੱਖ ਦੇ ਦਿੰਦੀ, ਚਾਹ ਵੀ ਬਣੀ ਪਈ, ਅਤੇ ਇਹਨਾਂ ਨੂੰ ਮੈਂ ਚਾਹ ਗਰਮ ਕਰਕੇ ਦੇਵਾਂਗੀ, ਫਿਰ ਚਾਹ ਪੀ ਲੈਣਗੇ। ਬਰਤਨ ਧੋਂਦੇ ਪਏ ਹੈਗੇ, ਕਿਉਂਕਿ ਮੈਂ ਝਾੜੂ ਫੇਰ ਲਿਆਗਾ, ਘਰ ਦੀ ਸਫਾਈ ਕਰ ਲਈ ਹੈਗੀ। ਬੱਕਰੀਆਂ ਨੂੰ ਗੁਆਂਢੀਆਂ ਨੂੰ ਕੁੱਤਰਾਂ ਨੂੰ ਜਲਦੀ ਮੈਂ ਅੱਜ ਕੁੱਤਰ ਲਿਆਗਾ, ਅਤੇ ਉਹ ਕੁੱਤਰਾ ਵੀ ਮੈਂ ਬੱਕਰੀ ਨੂੰ ਚੱਕ ਰੱਖ ਦਿੱਤਾ ਹੈਗਾ। ਅਤੇ ਮੈਂ ਬਰਤਨ ਧੋ ਲੈਂਦੀ, ਬਰਤਨ ਧੋ ਕੇ ਫਿਰ ਮੈਂ ਕੋਈ ਭਾਈ ਦੇ ਕੱਪੜੇ ਪਹਿਨੋ ਵੇ ਦੇਵਾਂਗੀ, ਕਿਉਂਕਿ ਮੰਮੀ ਤਾਂ ਫਿਰ ਬਿਮਾਰ ਹੈਗੀ, ਕਹਿੰਦੇ ਕਿ ਨਹੀਂ ਇਤਨਾ ਹੁੰਦਾ ਕੰਮ ਕਰਦਾ, ਅਸੀਂ ਨਾਲ ਹੀ ਰਹਿਗਾ। ਮੰਮੀ ਹੈਲਪ ਕਰਾ ਦਿੰਦੀ, ਮੈਂ ਸੰਮੀ ਬਣਾ ਲੈਂਦੀ ਸੀ, ਬਾਕੀ ਦੁਕਾਨ ਤੋਂ ਮੈਂ ਕਰ ਲੈਂਦੀ। ਮੇਰੀ ਵੱਡੀ ਭੈਣ ਹੈਗੀ, ਉਹ ਵੀ ਕਰਿੰਦੀ ਮੈਨੂੰ ਕਿਤੇ ਨਾ। ਬਰਤਨ ਜਿਹੜੇ ਹੈਗੇ ਨਾ ਸ਼ਾਹਦੀਆਂ ਧੋ ਦਿੱਤੇ ਨੇ, ਅਤੇ ਮੈਂ ਚੁੱਕ ਕੇ ਰੱਖ ਦਿੱਤੇ ਨੇ। ਸ਼ਾਹਦੀਆ ਜਿਹੜੀ ਹੈਗੀ ਨਾ ਉਹ ਗਾਹ ਪੱਟਣ ਵਾਸਤੇ ਗਈ, ਅਤੇ ਝਾੜੂ ਜਿਹੜਾ ਹੈਗਾ ਨਾ ਸ਼ਾਹਦੀਆਂ ਨੇ ਸੀਨ 'ਚ ਫੇਰ ਲਿਆ ਸੀ ਵਿਹੜੇ ਵਿੱਚੋਂ, ਅਤੇ ਨਾ ਕਮਰੇ 'ਚ ਵੀ, ਕਿਉਂਕਿ ਸਫਾਈ ਕਰ ਗਈ ਬੱਕਰੀਆਂ ਵਾਲੇ ਵਿੱਚ ਵੀ, ਅਤੇ ਨਾ ਇਹ ਕਮਰੇ ਦੀ ਸਫਾਈ ਰਹਿੰਦੀ ਹਾਲੇ ਕਰਨ ਵਾਲੀ, ਅਤੇ ਇੱਥੋਂ ਮੈਂ ਹੁਣ ਝਾੜੂ ਫੇਰ ਦੇਣੀ ਆ, ਕਿਉਂਕਿ ਸ਼ਾਹਦੀਆਂ ਨੇ ਬਰਤਨ ਧੋ ਕੇ ਨਾ, ਅਤੇ ਉਹਨਾਂ ਨਾਲ ਦਾ ਨਾ ਜਿਹੜਾ ਸਾਡਾ ਮਸਾਇਆ ਹੈਗਾ ਨਾ ਉਹ ਵੀ ਗਾਹ ਪੱਟਣ ਗਏ, ਉਹਨਾਂ ਦੀ ਕੁੜੀਆਂ ਵੀ ਨਾਲ, ਅਤੇ ਜਿਹੜੀ ਹੈਗੀ ਨਾ ਸ਼ਾਹਦੀਆਂ ਅਤੇ ਦੋ ਮਹੀਨੇ ਮੇਰੀਆਂ ਬੇਟੀਆਂ, ਉਹ ਵੀ ਬੱਕਰੀਆਂ ਵਾਸਤੇ ਗਾਹ ਲੈਣ ਵਾਸਤੇ ਚੱਲੀਆਂ ਗਈਆਂ ਉਹਨਾਂ ਦੇ ਨਾਲ ਹੀ। ਬਰਤਨ
ਬਾਕੀ ਜਿਹੜਾ ਕੋਈ ਕੰਮ ਰਹਿ ਗਿਆ ਨਾ ਫਿਰ ਮੈਂ ਆਪ ਕਰ ਲੈਂਦੀ ਹਾਂ ਅਤੇ ਉਹ ਗਈ ਨਾ ਇੱਕ ਕਿਉਂਕਿ ਨਾ ਤਬੀਅਤ ਵੀ ਨਹੀਂ ਠੀਕ ਰਹਿੰਦੀ ਅਤੇ ਨਾ ਬੱਚੀਆਂ ਹੈਗੀਆਂ ਨੇ ਮਾਸ਼ਾਅੱਲਾ ਕੰਮ ਕਰ ਲੈਂਦੀਆਂ ਨੇ ਉਹ ਵੀ ਦੋਨੋਂ ਰਲ ਕੇ ਦੋਨੋਂ ਬਹਿਣਾ ਅਤੇ ਜਿੰਨਾ ਕੁ ਮੇਰੇ ਕੋਲ ਕੰਮ ਹੋ ਸਕੇ ਮੈਂ ਵੀ ਨਾ ਕਰਨੀ ਹਾਂ ਕਿਉਂਕਿ ਨਾ ਬਿਮਾਰ ਹੋਣ ਨਾਲ ਨਾ ਕਿਉਂਕਿ ਇੰਨਾ ਜ਼ਿਆਦਾ ਮੇਰੇ ਕੋਲ ਕੰਮ ਨਹੀਂ ਆਉਂਦਾ ਅਤੇ ਇਨਸ਼ਾਅੱਲਾ ਹੁਣ ਜਲਦੀ ਨਾਲ ਨਾ ਕੰਮ ਕਰਕੇ ਅਤੇ ਪੱਠੀ ਜਿਹੜੇ ਹੈਗੇ ਨਾ ਗਾਹ ਪੱਟਣੀ ਚਲੀਆਂ ਗਈਆਂ ਨੇ ਅਤੇ ਬਰਤਨ ਜਿਹੜੇ ਹੈਗੇ ਨਾ ਧੋ ਕੇ ਉੱਤੇ ਕੱਪੜਾ ਪਾ ਦਿੰਦੀ ਹਾਂ ਅਤੇ ਹੁਣ ਕਮਰੇ ਦੀ ਸਫਾਈ ਕਰਾਂਗੇ ਹਾਂਜੀ ਅਤੇ ਨਾ ਮੈਂ ਬਰਤਨ ਜਿਹੜੇ ਹੈਗੇ ਨਾ ਉਹ ਰੱਖ ਦਿੱਤੇ ਸੀ ਅਤੇ ਹੁਣ ਜਾਦੂ ਜਿਹੜੇ ਹੈਗੇ ਨਾ ਉਹ ਫੇਰ ਰਹੀ ਹਾਂ ਕਿਉਂਕਿ ਪਹਿਲੇ ਬਿਸਤਰਾ ਲੇਟਣੇ ਇੱਥੇ ਬੱਚੇ ਅੰਦਰ ਸੌਂਦੇ ਨੇ ਅਤੇ ਬਿਸਤਰਾ ਲੇਟ ਕੇ ਰੱਖ ਦਿੱਤੇ ਨੇ ਅਤੇ ਹੋਰ ਮੈਂ ਸਫਾਈ ਕਰ ਲਈ ਕਮਰੇ ਦੀ ਵੀ ਝਾੜੂ ਫੇਰ ਲਵਾਂ ਕਿਉਂਕਿ ਉਹ ਤਾਂ ਬਾਹਰ ਨਹੀਂ ਲੈ ਗਈਆਂ ਨੇ ਬੱਚੀਆਂ ਮੇਰੀਆਂ ਅਗਲੇ ਦਿਨ ਫਰਜ਼ ਧੋਤਾ ਵੀ ਹੈਗਾ ਸੀ ਅਸੀਂ ਅਤੇ ਨਾ ਨਲਕੇ ਤੋਂ ਨਾ ਪਾਣੀ ਬਾਲ ਕੇ ਅਸੀਂ ਫਰਜ਼ ਧੋਤਾ ਸੀ ਅਤੇ ਜਿਹੜੀਆਂ ਸਲੇਟਾਂ ਹੈਗੀਆਂ ਨਾ ਉਹ ਵੀ ਅੰਦਰ ਪਈਆਂ ਨੇ ਦਰਵਾਜ਼ੇ ਦੇ ਪਿੱਛੇ ਇਹ ਵੀ ਅਜੇ ਬਾਹਰ ਕੱਢਣੀਆਂ ਨੇ ਕੱਢੀਆਂ ਨਹੀਂ ਹੈਗੀਆਂ ਉਹ ਆਉਂਦੀਆਂ ਨਾ ਫਿਰ ਕਿਉਂਕਿ ਕੱਢਣਗੀਆਂ ਦੋ ਸਲੇਟਾਂ ਹੈਗੀਆਂ ਨੇ ਮੈਂ ਤਾਂ ਟੁੱਟ ਨਾ ਜਾਂ ਕਿਉਂਕਿ ਨਾ ਰਾਤ ਨੂੰ ਅੰਦਰ ਰੱਖ ਦੇ ਦੀਆਂ ਨੇ ਕਿਉਂਕਿ ਬੜੀ ਮੁਸ਼ਕਿਲ ਨਾਲ ਇਹ ਬਣੀਆਂ ਨੇ ਅਤੇ ਮੈਂ ਕਿਹਾ ਕੋਈ ਲੈ ਹੀ ਨਾ ਜਾਵੇ ਕਿਉਂਕਿ ਸਰਦੀ ਅਤੇ ਧੁੰਦ ਬਹੁਤ ਜ਼ਿਆਦਾ ਪੈਂਦੀ ਤਾਂ ਵਾਸਤੇ ਨਾ ਕਮਰੇ ਵਿੱਚ ਹੀ ਰੱਖ ਦੇ ਦੀਆਂ ਨੇ ਸਫਾਈ ਕਰ ਦਿੰਦੀਆਂ ਜਿਸ ਟਾਈਮ ਸ਼ਾਜ਼ੀਆ ਹੋਰੀ ਆ ਗਈਆਂ ਨਾ ਉਸ ਟਾਈਮ ਇਹਨਾਂ ਚੁੱਕ ਕੇ ਅਸੀਂ ਬਾਹਰ ਰੱਖ ਦਿਆਂਗੇ ਸਲੇਟਾਂ ਨੂੰ ਹਾਂਜੀ ਅਤੇ ਨਾ ਸਫਾਈ ਜਿਹੜੀ ਹੈਗੀ ਨਾ ਉਹ ਸਾਰੀ ਕਰ ਲਈ ਝਾੜੂ ਗਏ ਸ਼ਾਜ਼ੀਆ ਨੇ ਫੇਰ ਦਿੱਤਾ ਸੀ ਅਤੇ ਨਾ ਡੰਗਰਾਂ ਹੇਠੀ ਸਫਾਈ ਕਰ ਲਈ ਔਰ ਟੋਮੀ ਔਰ ਨੇ ਖੇਡ ਰਹੇ ਨੇ ਇਹ ਤਾਰ ਜਿਹੜੀ ਹੈਗੀ ਨਾ ਇਹ ਅਸੀਂ ਲਾ ਕੇ ਰੱਖੀ ਹੈਗੀ ਜਿਹੜਾ ਸਾਡਾ ਉਹ ਵਾਲਾ ਪਾਈਪ ਹੈਗਾ ਨਾ ਉਹਦੀ ਜਿਹੜੀ ਅਸੀਂ ਮੋਟਰ ਚਲਾਉਂਦੇ ਨਾ ਸਲੇਟਾਂ ਵਾਲੀ ਉਹ ਵਾਲੀ ਤਾਰ ਹੈਗੀ ਇਹ ਵਾਲੀ ਪਈ ਮੈਂ ਅੰਦਰ ਰੱਖ ਦਿੰਦੇ ਹਾਂ ਫਿਰ ਖਰਾਬ ਨਾ ਹੋ ਜਾਵੇ ਔਰ ਜਿਸ ਟਾਈਮ ਮੋਟਰ ਸਹੀ ਕਰਾਈ ਨਾ ਉਸ ਟਾਈਮ ਫਿਰ ਤਾਰ ਜਿਹੜੀ ਹੈਗੀ ਨਾ ਅਸੀਂ ਚਾਵ ਲਵਾਂਗੇ ਕਿਉਂਕਿ ਬਾਹਰ ਪਈ ਹੋਈ ਨਾ ਫਿਰ ਖਰਾਬ ਹੋ ਜਾਣੀ ਅਤੇ ਅਸਨੈਨ 'ਤੇ ਜਿਹੜਾ ਹੈਗਾ ਨਾ ਇਹਦਾ ਦੋਸਤ ਇਹ ਖੇਡ ਰਿਹਾ ਨੇ ਜਿਹੜਾ ਛੋਟਾ ਹੈਗਾ ਨਾ ਉਹ ਕਿਧਰੇ ਇਹਦੇ ਨਾਲ ਹਮਸਾਇਆਂ ਦੇ ਨਾਲ ਗਿਆ ਕਿਸੇ ਮੁਰਗਿਆਂ ਦੀ ਲੜਾਈ ਵੇਖਣ ਅਤੇ ਉਹ ਉਹਨਾਂ ਨਾਲ ਚਲਾ ਗਿਆ ਅਤੇ ਇਹ ਜਿਹੜਾ ਹੈਗਾ ਨਾ ਉਹ ਘਰ ਹੀ ਹੈਗਾ ਅਤੇ ਇਹ ਆਪਣਾ ਖੇਡ ਰਿਹਾ ਛੋਟੇ ਛੋਟੇ ਬੂਟੇ ਲਾ ਰਿਹਾ ਇਹ ਮੁਰਗੀਆਂ ਸਾੜੀਆਂ ਜਿਹੜੀਆਂ ਹੈਗੀਆਂ ਨਾ ਦਰੀਆਂ ਚੱਲਦੀਆਂ ਜੀ ਮਾਸ਼ਾਅੱਲਾ ਕਿਉਂਕਿ ਸਾਡਾ ਨਾ ਬਹੁਤ ਜ਼ਿਆਦਾ ਦਰੀਆਂ ਜਿਹੜਾ ਹੈਗਾ ਨਾ ਮਾਸ਼ਾਅੱਲਾ ਬੜਾ ਸੋਹਣਾ ਹੋਇਆ ਅੱਖ ਦਾ ਪਾਲਕ ਹੀ ਮੁਰਗੀਆਂ ਵਿੱਚ ਵੜ ਜਾਂਦੀਆਂ ਨੇ ਵਿੱਚ ਅਤੇ ਸਨੈਨ ਆਪਣਾ ਖੇਡ ਇਸ ਜਗ੍ਹਾ 'ਤੇ ਨਾ ਹੁਣ ਜਿਹੜੀ ਹੈ ਜਿੱਥੇ ਸਨੈਨ ਬੈਠਾ ਹੈ ਨਾ ਇਸ ਜਗ੍ਹਾ 'ਤੇ ਬਾਈ ਉਹਨਾਂ ਕੋਲ ਅਸੀਂ ਮੰਗੀਆਂ ਨੇ ਮਿਰਚਾਂ ਦੇ ਬੂਟੇ ਅਤੇ ਦੂਸਰੇ ਟਮਾਟਰਾਂ ਦੇ ਅਤੇ ਵਤਾਵਾਂ ਦੇ ਬੂਟੇ ਉਹ ਛਾਪਰ ਥੱਲੇ ਆਉਂਦੇ ਨੇ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਜਗ੍ਹਾ ਸਾਫ਼ ਕਰ ਲਓ ਇੱਥੇ ਲਾ ਦਿਆਂਗੇ ਤੁਹਾਨੂੰ ਲੈ ਦਿਆਂਗੇ ਅਤੇ ਅੱਜ ਜਿਹੜਾ ਹੈਗਾ ਨਾ ਸੁਬਾਹ ਇਹ ਜਗ੍ਹਾ ਅਸੀਂ ਵੱਟੇ ਜਿਹੜੇ ਹੈਗੇ ਨੇ ਕੁੱਟ ਦਿਆਂਗੇ ਅਤੇ ਇੱਥੇ ਸਾਨੂੰ ਨਾ ਉਹ ਲਿਆ ਕੇ ਬਾਈ ਦੇ ਦੇਵੇਗਾ ਅਤੇ ਨਾਲ ਅਸੀਂ ਉਹ ਵੀ ਲਾ ਲਵਾਂਗੇ ਸਬਜ਼ੀ ਜਿਹੜੀ ਹੈਗੀ ਨਾ ਮਤਾਊਂ ਔਰ ਟਮਾਟਰ ਔਰ ਮਿਰਚਾਂ ਹਰੀਆਂ ਦੇ ਬੂਟੇ ਇਸ ਜਗ੍ਹਾ 'ਤੇ ਉਹ ਵੀ ਅਸੀਂ ਲਾ ਲਵਾਂਗੇ ਨਾਲ ਹੀ ਕਿਉਂਕਿ ਸਬਜ਼ੀ ਜਿਹੜੀ ਹੈਗੀ ਨਾ ਸਾਡੀ ਘਰ ਦੀ ਬਣੀ ਰਹੇਗੀ ਪਾਲਕ ਵੀ ਘਰ ਦੀ ਧਨੀਆ ਵੀ ਔਰ ਲਸਣ ਵੀ ਔਰ ਟਮਾਟਰ ਵੀ ਵਿੱਚ ਲੱਗੇ ਨੇ ਅਤੇ ਆਲੂ ਵੀ ਅਤੇ ਮੂਲੀਆਂ ਵੀ ਹੈਗੇ ਨੇ ਮੂੰਗਰੇ ਵੀ ਬਣ ਜਾਣਗੇ ਸਾਡੇ ਅਤੇ ਗਾਜਰਾਂ ਵੀ ਵਿੱਚ ਲੱਗੀਆਂ ਨੇ ਗਾਜਰਾਂ ਪਤਾ ਨਹੀਂ ਹੁੰਦੀਆਂ ਨੇ ਜਾਂ ਨਹੀਂ ਅਤੇ ਗੜੀਆਂ ਤਾਂ ਹੈਗੀਆਂ ਸੀ ਇਹਨਾਂ ਖਿਆਲ ਹੈ ਗਾਜਰਾਂ ਵੀ ਨਾ ਹੋ ਰਹੀਆਂ ਨੇ ਕਿਉਂਕਿ ਨਾ ਇਸ ਜਗ੍ਹਾ 'ਤੇ ਗਾਜਰਾਂ ਲਾਈਆਂ ਸੀ ਨਹੀਂ ਇਹ ਮਟਰ ਹੈਗੇ ਨੇ ਇਹ ਵਾਲਾ ਨਾ ਮਟਰਾਂ ਦਾ ਬੂਟਾ ਹੋ ਰਿਹਾ ਗਾਜਰਾਂ ਵਿੱਚ ਅਸੀਂ ਸਟੀਆਂ ਸੀ ਗਾਜਰਾਂ ਹਜੇ ਨਹੀਂ ਹੋ ਰਹੀਆਂ ਬਾਕੀ ਮਟਰ ਜਿਹੜੇ ਹੈਗੇ ਨਾ ਉਹ ਇਹ ਹੋ ਰਹੇ ਨੇ ਕਿਉਂਕਿ ਕਾਫੀ ਜ਼ਿਆਦਾ ਮਟਰ ਵੀ ਆਉਂਦੇ ਪਏ ਨੇ ਇਹ ਵੱਡੇ ਵੱਡੇ ਵਿੱਚ ਕੁਛ ਬੂਟੇ ਹੋ ਗਏ ਨੇ ਮਟਰਾਂ ਦੇ ਇਹ ਵਾਲੇ ਕਣਕ ਵੀ ਤੇਰੀ ਹੈਗੀ ਹਾਂਜੀ ਇਹਨੇ ਕਣਕ ਗੱਡੀ ਹੈਗੀ ਆਪਣੀ ਕਹਿੰਦਾ ਆਪਣੇ ਦਾਣੇ ਘੱਟ ਹੁੰਦੇ ਨੇ ਬਾਰੇ ਕੀ ਬਣਨੀ ਕਣਕ ਤਾਂ ਸਾਰੀ ਮੁਰਗੀਆਂ ਚੋਗ ਜਾਂਦੀਆਂ ਨੇ
ਤੇ ਮਟਰਾਂ ਦੇ ਬੂਟੇ ਤੇ ਆਲੂ ਆਲੂਆਂ ਦੇ ਵੀ ਹੈਗੇ ਨੇ ਤੇ ਇਸ ਜਗ੍ਹਾ ਤੇ ਆਪਾਂ ਨੂੰ ਸਬਜ਼ੀ ਲਾਵਾਂਗੇ। ਆਪਾਂ ਨੂੰ ਉਹਨੇ ਕਿਹਾ ਵੀ ਤੁਹਾਨੂੰ ਲਿਆ ਕੇ ਦੇਵਾਂਗਾ, ਇਸ ਜਗ੍ਹਾ ਤੇ ਆਪਾਂ ਸਬਜ਼ੀ ਲਾ ਲਵਾਂਗੇ। ਹੈ ਕੱਪੜੇ ਮੈਂ ਧੋ ਕੇ ਰੱਖ ਦਿੱਤੇ ਨੇ ਤੇ ਬਾਕੀ ਨਾ ਧੋਣ ਵਾਲੇ ਕੁਛ ਪਏ ਨੇ ਤੇ ਕੁਛ ਹੈ ਤਾਰ ਤੇ ਨੇ ਇੱਥੇ ਪਾਤੇ ਨੇ ਸੁੱਕਣੇ, ਕੁਛ ਹੈ ਗਰਮ ਜਿਹੜੀ ਲੋਹੀ ਹੈਗੀ ਨਾ ਉਹ ਵਾਲੇ ਤਾਰ ਤੇ ਪਾਏ ਨੇ ਤੇ ਮਾਸ਼ਾਅੱਲਾ ਕਿਉਂਕਿ ਨਾ ਅੱਜ ਸੂਰਜ ਜਿਹੜਾ ਹੈਗਾ ਨਾ ਉਹ ਵੀ ਨਿਕਲਿਆ ਤੇ ਧੁੱਪ ਜਿਹੜੀ ਹੈਗੀ ਨਾ ਜ਼ਿਆਦਾ ਤਾਂ ਨਹੀਂ, ਇੰਨਾ ਵੀ ਸ਼ੁਕਰ ਹੈ ਅੱਲਾਹ ਪਾਕ ਦਾ ਜਿਹੜਾ ਸੂਰਜ ਨਿਕਲਿਆ ਆ, ਕਿਉਂਕਿ ਅੱਜ ਜੁਮਾ ਵੀ ਹੈਗਾ ਨੇਕ ਦਿਨ ਤੇ ਸੂਰਜ ਨਿਕਲਿਆ ਅੱਲਾਹ ਪਾਕ ਦਾ ਸ਼ੁਕਰ ਹੈਗਾ। ਅਤੇ ਕਿਉਂਕਿ ਅੱਜ ਡੰਗਰ ਵੀ ਥੋੜ੍ਹੀ ਧੁੱਪ ਲੱਗੀ ਨਾ ਅਤੇ ਇਹ ਵੀ ਫਰੈਸ਼ ਹੋ ਗਏ ਨੇ ਅਤੇ ਅੱਗੇ ਤੁਸੀਂ ਸਰਦੀ ਬਣੀ ਰਹੀ ਅਤੇ ਕੱਪੜੇ ਬੱਚਿਆਂ ਦੇ ਧੋਣ ਵਾਲੇ ਆ ਗਏ ਹਨ, ਮੈਂ ਕਿਹਾ ਧੋ ਲਵਾਂ ਅਤੇ ਸਾਰੇ ਖਰਾਬ ਕਿਉਂਕਿ ਇਹਨਾਂ ਨੇ ਕੀਤੇ ਹੋਏ ਸੀ ਅਤੇ ਹਾਲੇ ਕੁਛ ਧੋਣ ਵਾਲੇ ਆ ਗਏ ਨੇ ਅਤੇ ਮੈਂ ਕਿਹਾ ਉਹ ਵੀ ਬਾਕੀ ਵੀ ਮੈਂ ਧੋ ਲੈਂਦੀ ਹਾਂ ਅਤੇ ਨਾਲ ਨਲਕਾ ਜਿਹੜੀ ਹੈਗੀ ਨਾ ਸ਼ਾਜ਼ੀ ਉਹ ਗੇੜਦੀ ਪਈ ਅਤੇ ਮੈਂ ਨਾਲ ਕੱਪੜੇ ਧੋ ਰਹੀ ਹਾਂ। ਕੱਪੜੇ ਜਿਹੜੇ ਹੈਗੇ ਨਾ ਮੈਂ ਸਾਰੇ ਧੋ ਲੈਣੇ, ਅਸੀਂ ਤਾਰ 'ਤੇ ਨਾ ਹੁਣ ਪਾ ਦਿੱਤੇ ਨੇ ਕਿਉਂਕਿ ਸਾਰੇ ਧੋਪ ਗਏ ਨੇ ਟੋਟਲ ਕੱਪੜੇ ਨਾ। ਹਾਂਜੀ ਸ਼ਾਜ਼ੀਆ 'ਤੇ ਨਾ ਮੈਂ ਰਲ ਕੇ ਧੋਤੇ ਨੇ, ਸ਼ਾਜ਼ੀਆ ਨਲਕਾ ਗੇੜਿਆ ਹਾਂਜੀ, ਕਿਉਂਕਿ ਸ਼ਾਜ਼ੀਆ 'ਤੇ ਮੈਂ ਨਾ ਰਲ ਕੇ ਧੋਤੇ ਨੇ, ਇਹ ਨਲਕਾ ਗੇੜਦੇ ਰਹੀ ਅਤੇ ਮੈਂ ਕੱਪੜੇ ਧੋ ਲਏ ਸੀ ਕਾਫੀ ਜ਼ਿਆਦਾ ਬੱਚਿਆਂ ਦੇ ਨਾ ਸੂਰਜ ਦੀ ਨਾ ਨਿਕਲਣ ਦੀ ਵਜ੍ਹਾ ਤੋਂ ਨਾ ਇਕੱਠੇ ਹੋਏ ਰਹਿਣੇ ਬੱਚਿਆਂ ਦੇ ਕੱਪੜੇ ਅਤੇ ਕਿਉਂਕਿ ਨਾ ਫਿਰ ਅੱਜ ਬੱਚਿਆਂ ਦੇ ਕੱਪੜੇ ਬਦਲਾ ਦਿੱਤੇ ਨੇ, ਸ਼ਾਜ਼ੀਆਂ ਨਹੀਂ ਬਦਲ ਲੈਣੇ ਕਿਉਂਕਿ ਮਾਸ਼ਾਅੱਲਾ ਸੂਰਜ ਨਿਕਲਿਆ ਨਾ ਤਾਂ ਅੱਜ ਮੌਸਮ ਵੀ ਨਾ ਕੋਈ ਠੀਕ ਹੈਗਾ ਅਤੇ ਆਪਣੇ ਖੇਡ ਰਹੇ ਨੇ। ਅਸਨੈਣ ਦੇ ਸੁਨੈਣਾਂ ਦੇ ਕੱਪੜੇ ਮੈਂ ਬਦਲਾ ਦਿੱਤੇ ਨੇ, ਚੇਂਜ ਕੀਤੇ ਨੇ ਅਤੇ ਅਸਨੈਣ ਦੇ ਤਾਂ ਮੈਂ ਨਾ ਮੁੱਧਾ ਸੇਰ ਕਰਕੇ ਧੋ ਦਿੱਤਾ ਅਤੇ ਜਿਹੜਾ ਛੋਟਾ ਹੈਗਾ ਨੇ ਇਹਨੂੰ ਠੰਡ ਹੋ ਜਾਂਦੀ ਕਿਉਂਕਿ ਇਹਨੇ ਨਹੀਂ ਧੋਤਾ ਅਤੇ ਨਾ ਜ਼ਿਆਦਾ ਮਿੱਟੀ 'ਚ ਹੱਥ ਮਾਰੋ ਜਿੱਥੇ ਨੇ ਨਾਲ ਦੇ ਸਾਡੇ ਹਮਸਾਇਆਂ ਦੇ ਬੱਚੇ ਕਿਉਂਕਿ ਖੇਡਣ ਆਏ ਨੇ ਇਹਨਾਂ ਦੇ ਨਾਲ ਅਤੇ ਉਹ ਚਿੜੀਆਂ ਜਿਹੜੀਆਂ ਹੈਗੀ ਨਾ ਇਹ ਉਹ ਬਣਾ ਰਹੇ ਨੇ ਅਤੇ ਬਣਾ ਬਣਾ ਕੇ ਅੱਕਦੇ ਨਹੀਂ ਬੱਚੇ ਕਿਉਂਕਿ ਬਾਜ਼ਾਰ ਹੀ ਲੈਂਦੇ ਨੇ, ਬਾਜ਼ਾਰੀਆਂ ਸਾਡੇ ਕੋਲ ਗੁੰਜਾਇਸ਼ ਨਹੀਂ ਹੈਗੀ ਲੈਣ ਦੀ ਅਤੇ ਬਾਕੀ ਉਹ ਗਾਰੀ ਬਣਾ ਬਣਾ ਕੇ ਆਪੇ ਖੇਲਦੇ ਰਹਿੰਦੇ ਨੇ ਫਿਰ ਅਗਲਾ ਉਹ ਖਰਾਬ ਕਰਕੇ ਫਿਰ ਦੁਬਾਰੇ ਬਣਾ ਲੈਂਦੇ ਨੇ। ਅੱਲਾਹ ਪਾਕ ਗੁੰਜਾਇਸ਼ ਦਿੱਤੀ ਇਹਨਾਂ ਨੂੰ ਨਾ ਕੋਈ ਇੱਕ ਖਿਲਾਉਣਾ ਨਾ ਦੋ ਦੋ ਬਾਜ਼ਾਰੀ ਲੈ ਕੇ ਦੇਵਾਂਗੇ ਕਿਉਂਕਿ ਅਸੀਂ ਧੋਤੇ ਨੇ ਕੱਪੜੇ ਕੱਪੜੇ ਧੋ ਲੈਣੇ ਅਤੇ ਹੁਣ ਕਿਉਂਕਿ ਸ਼ਾਮ ਹੋਈ ਖਲੀ ਅਤੇ ਮੈਂ ਕਿਹਾ ਵੀ ਸਾਲਣ ਜਿਹੜਾ ਹੈਗਾ ਨਾ ਉਹ ਵੀ ਬਣਾ ਲੈਂਦੇ ਹਾਂ ਅਤੇ ਸ਼ਾਜ਼ੀਆ ਕੋਲ ਆਟਾ ਗੁੰਨ ਲੱਗੀ ਮੈਂ ਸਾਲਣ ਰੱਖ ਲਵਾਂਗੀ ਅਤੇ ਨਾ ਦਨੀਆ ਵੀ ਲਿਆ ਕਿਉਂਕਿ ਪਿਆਜ਼ ਸਾਡੇ ਖਤਮ ਹੋਏ ਸੀ, ਕੱਲ੍ਹ ਤਾਂ ਅਸੀਂ ਗੁਆਂਢੀਆਂ ਕੋਲ ਲਿਆ ਸੀ ਅੱਜ ਪਿਆਜ਼ ਵੀ ਆਪਣੇ ਲਏ ਨੇ ਔਰ ਨਾ ਥੋੜ੍ਹੇ ਜਿਹੇ ਮਟਰ ਹੈਗੇ ਨੇ ਦਾਣਿਆਂ ਵਾਲੇ ਇਹ ਵੀ ਲਏ ਨੇ ਅਤੇ ਨਾ ਅਸੀਂ ਗੁੰਗਲੂ ਅਤੇ ਨਾ ਮਟਰਾਂ ਦਾ ਸਾਲਣ ਜਿਹੜਾ ਹੈਗਾ ਨਾ ਉਹ ਬਣਾਉਣ ਲੱਗੇ ਹਾਂ, ਮੈਂ ਕਿਹਾ ਇਹਨਾਂ ਦਾ ਬਣਾ ਲੈਂਦੀ ਹਾਂ ਕਿਉਂਕਿ ਗੁੰਗਲੂ ਜਿਹੜੇ ਹੈਗੇ ਨਾ ਸਾਡੇ ਸਾਇਆ ਨੇ ਇਹਨਾਂ ਨੇ ਲਿਆਉਂਦੇ ਸੀ ਅਤੇ ਇਹਨਾਂ ਨੇ ਫਿਰ ਸਾਨੂੰ ਹੀ ਦਿੱਤੇ ਨੇ, ਮੈਂ ਕਿਹਾ ਇਹਨਾਂ ਦਾ ਅਸੀਂ ਨਾ ਸਾਲਣ ਬਣਾਉਂਦੇ ਹਾਂ ਗੋਂਗਲੂ ਅਤੇ ਮਟਰਾਂ ਦਾ ਅਤੇ ਕੱਲ੍ਹ ਤਾਂ ਅਸੀਂ ਚਾਵਲ ਬਣਾਏ ਸੀ ਕਿਉਂਕਿ ਸ਼ਾਮ ਵੀ ਹੋਈ ਖਾਲੀ ਬਿਲਕੁਲ ਸੂਰਜ ਜਿਹੜਾ ਹੈਗਾ ਨਾ ਉਹ ਵੱਖ ਲੈ ਗਿਆ ਅਤੇ ਮੈਂ ਕਿਹਾ ਅਸੀਂ ਬਣਾ ਲੈਂਦੇ ਹਾਂ ਸਾਲਣ। ਹਾਂਜੀ ਅਤੇ ਨਾ ਸੂਰਜ ਜਿਹੜਾ ਹੈਗਾ ਨਾ ਬਿਲਕੁਲ ਉਹ ਲੈਣ ਤਾਂ ਗਿਆ ਖਲਿਆ ਗਿਆ ਅਤੇ ਅੱਲਾਹ ਕੀਤਾ ਅੱਜ ਸੂਰਜ ਨਿਕਲਿਆ ਜਿਹੜੇ ਨਾ ਹਰ ਚੀਜ਼ ਫਰੈਸ਼ ਹੋ ਗਈ ਅਤੇ ਮੈਂ ਵੀ ਬੱਚਿਆਂ ਦੇ ਇੰਨੇ ਕੱਪੜੇ ਵੀ ਧੋ ਲਏ ਸੀ ਅਤੇ ਅੱਲਾਹ ਪਾਕ ਦਾ ਸ਼ੁਕਰ ਜਿਹੜਾ ਨਾ ਸੂਰਜ ਨਿਕਲਿਆ ਆ ਅਤੇ ਮੈਂ ਕਿਉਂਕਿ ਸ਼ਾਮ ਹੋਈ ਖਲੀ ਸਬਜ਼ੀ ਜਿਹੜੀ ਹੈ ਮੈਂ ਗੋਂਗਲਾਂ ਦੇ ਨਾ ਕੱਢ ਲੈਣ ਡੱਕਦੇ ਕਰ ਲੈਣੇ ਅਤੇ ਮਟਰ ਜਿਹੜੇ ਹੈਗੇ ਨਾ ਉਹ ਕੱਢ ਦੀਆਂ ਸ਼ਾਹਦੀਆਂ ਨਾਲ ਆਟਾ ਗੁੰਨ ਦੇ ਮਟਰ ਮਿਲਦੀ ਕੱਢ ਲੈਂਦੀ ਅੱਗ ਬਾਲਣੇ ਸਾਲਣ ਬਣਾਉਂਦੇ ਹਾਂ ਸ਼ਾਹ ਦੀ ਆਟਾ ਹੁੰਦੀ ਹੈ ਗੁੰਨ ਦੇ ਨਾਲ ਜਿਹਦੇ ਨਾਲ ਸਾਲਣ ਜਿਹੜਾ ਹੈਗਾ ਨਾ ਸ਼ਾਹਦੀਆਂ ਨੇ ਆਟਾ ਗੁੰਨ ਲਿਆ ਅਤੇ ਮੈਂ ਸਾਲਣ ਜਿਹੜਾ ਹੈਗਾ ਉੱਥੇ ਬਣਾਉਣ ਵਾਸਤੇ ਰੱਖ ਦਿੱਤਾ ਗੋਂਗਲੂ ਅਤੇ ਮਟਰਾਂ ਦਾ ਨਮਾਸ਼ਾ ਸਾਲਣ ਬਣ ਗਿਆ ਕਿਉਂਕਿ ਸ਼ਾਮ ਹੋਈ ਖਲੀ ਅਤੇ ਜਿਹੜੀਆਂ ਰੋਟੀਆਂ ਹੈਗੀਆਂ ਨਾ ਉਹ ਥੱਲੇ ਲੇਟ ਬਣਨਗੀਆਂ, ਸਾਲਣ ਵੀ ਲੇਟ ਹੋਈ ਕਿਉਂਕਿ ਸ਼ਾਮ ਹੋਈ ਖਲੀ ਫਿਰ ਵੀਡੀਓ ਨੂੰ ਵੀ ਲੇਟ ਹੋ ਜਾਣ ਅਤੇ ਉਮੀਦ ਕਰਨੇ ਅੱਜ ਦਾ ਵਲਾਗ ਮੇਰੇ ਬੈਨਰ ਜਾਵਾਂ ਸਾਰਾ ਜ਼ਰੂਰ ਪਸੰਦ ਦੱਸਣ, ਲਾਈਕ ਸਬਸਕ੍ਰਾਈਬ ਕਰੋ, ਸਾਡੀ ਵੀਡੀਓ ਸ਼ੁਰੂ ਤੋਂ ਲੱਗਦੇ ਐਂਡ 'ਤੇ ਵੇਖੀ ਕਰੋ ਅੱਜ ਦੇ ਵਲਾਗ ਚਾਹਵਾਂਗੇ ਇੱਥੇ ਜ਼ਿਆਦਾ ਸੁਭਾਅ ਮਿਲਾਂਗੇ ਅੱਛੇ ਵਲਾਗ ਨਾਲ।